ਕਹਿ ਦੋ ਆਪਣੇ ਮੱਛਰ ਨੂੰ ਜਿੱਥੋਂ ਇਹਨਾਂ ਸਮਾਨ ਚੁੱਕਿਆ ਉੱਥੇ ਮੁੜ ਕੇ ਵਾਪਸ ਰੱਖ ਦੇ। ਅਸਲਾਮ ਅਲੈਕਮ ਜੀ ਸੁਣਿਓ, ਅੱਜ ਇੱਕ 5 ਮਿੰਟ ਦੇ ਵਕੂਏ ਤੇ ਗੱਲ ਕਰਨੀ ਹੈ ਬਸ, ਕਿ ਜਦੋਂ ਸੁਲਤਾਨ ਰਾਏ ਨੂੰ ਕਤਲ ਕੀਤਾ ਜਾਂਦਾ ਤਾਂ ਉਸ ਵੇਲੇ ਡਾਕੂ ਕਿੰਨੇ ਸਨ, ਉਹਨਾਂ ਨੇ ਗੱਲਾਂ ਕਿਹੜੀਆਂ ਕੀਤੀਆਂ ਸੁਲਤਾਨ ਰਾਏ ਤੋਂ ਹਾਜੀ ਹਸਨ ਨਾਲ, ਨਾਲ ਜਾਂਦੇ ਵਾਰੀ ਉਹ ਸੁਲਤਾਨ ਰਾਏ ਦੀ ਕਾਰ ਚੋਂ ਕਿਹੜੀ ਚੀਜ਼ ਫੜ ਕੇ ਤੇ ਨੱਸ ਪਏ ਸਨ। ਸਿਰਫ 5 ਮਿੰਟ ਦਾ ਇਹ ਸਾਰਾ ਜਿਹੜਾ ਨਾ ਉਹ ਗੇਮ ਹੁੰਦੀ ਹੈ ਵਾਕਿਆ, ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ। ਅੱਗੇ ਪਿੱਛੇ ਦੀਆਂ ਸਾਰੀਆਂ ਚੀਜ਼ਾਂ ਅਸੀਂ ਵੀਡੀਓ ਬੜੀਆਂ ਕਰ ਚੁੱਕੀ ਹਾਂ, ਲੇਕਿਨ ਖਾਸ ਇਹਨਾਂ 5 ਮਿੰਟਾਂ ਦੇ ਉੱਤੇ ਗੱਲਾਂ ਕਿਹੜੀਆਂ ਹੋਈਆਂ, ਉਹ ਡਾਕੂ ਕਿੰਨੇ ਸਨ ਤੇ ਕਿਹੜੀ ਚੀਜ਼ ਸੁਲਤਾਨ ਰਾਏ ਦੀ ਉਸ ਕਾਰ ਦੇ ਜਿਹਦੇ ਵਿੱਚ ਬੈਠੇ ਸਨ ਲੈ ਕੇ ਤੋਂ ਭੱਜ ਕੇ ਰਾਈ ਨੂੰ ਕਤਲ ਕਰਕੇ, ਇਹ ਸੁਣ ਲਓ ਸਾਰਾ ਵਾਕਿਆ। ਨਿੱਕੀ ਸਾਰੀ ਵੀਡੀਓ ਹੋਏਗੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ, ਅਤੇ ਜੇ ਕੀਤਾ ਤਾਂ ਬਹੁਤ ਸ਼ੁਕਰੀਆ, ਜਿਉਂਦੇ ਰਹੋ। 9 ਜਨਵਰੀ 1996 ਦਾ ਦਿਹਾੜਾ ਹੁੰਦਾ, ਗਰਮੀਆਂ ਸਰਦੀਆਂ ਹੁੰਦੀਆਂ ਨੇ, ਧੁੰਦ ਪਈ ਹੁੰਦੀ ਹੈ, ਗੱਡੀ ਦਾ ਟਾਇਰ ਪੇ ਬਦਲਦੇ ਨੇ ਹਾਜੀ ਹਸਨ, ਜਿਹੜੇ ਕਿ ਸੁਲਤਾਨ ਰਾਏ ਦੇ ਨਾਲ, ਜੇ ਤੁਸੀਂ ਪਰਸਨਲ ਸੈਕਟਰੀ ਲਾ ਲਓ, ਯਾਰ ਬੇਲੀ ਲਾ ਲਓ, ਸੁਲਤਾਨ ਰਾਏ ਦੇ ਹਰ ਚੰਗੇ ਕੰਮ ਵਿੱਚ ਉਹ ਬੰਦਾ ਆਗੂ ਹੁੰਦਾ ਸੀ, ਅਤੇ ਅਦਾਕਾਰ ਵੀ ਹੈ ਸੀ। ਹਾਜੀ ਸਾਹਿਬ ਨੇ, ਸੁਲਤਾਨ ਰਾਏ ਨੇ ਆਪਣੇ ਨਾਲ ਉਹਨਾਂ ਨੂੰ ਹਾਜ ਉਮਰਿਆਂ 'ਤੇ ਵੀ ਖੜਿਆ ਸੀ, ਹਾਂਜੀ, ਅਤੇ ਜੋ ਗਰੀਬ ਗੁਰਬਾ ਵਿੱਚ ਜਿਹੜੀਆਂ ਕੋਈ ਚੰਗੇ ਕੰਮ ਸੀ ਸਾਰੇ ਉਹ ਹਾਜੀ ਹਸਨ ਕੋਲ ਕਰਵਾਉਂਦੇ ਰਹੇ, ਕਰਦੇ ਹੁੰਦੇ ਸਨ ਅੱਗੇ। ਹਾਜੀ ਹਸਨ ਸਾਹਿਬ ਟਾਇਰ 'ਤੇ ਬਦਲਦੇ ਨੇ ਗੱਡੀ ਦੇ ਹੇਠ ਲੰਮਿਆਂ ਪੈ ਕੇ, ਸੁਲਤਾਨ ਰਾਏ ਬਾਹਰ ਖਲੋਤਾ ਹੈ ਉਹਦੇ ਪੈਰਾਂ ਵਾਲੇ ਪਾਸੇ, ਕਿਉਂਕਿ ਧੁੰਦ ਪਈ ਸੀ ਅਤੇ ਮੇਨ ਸੜਕ ਕੇ ਗੁਜਰਾਂ ਵਾਲਾ ਪਾਸ ਬਣ ਕੰਡੇ ਦਾ ਉੱਥੇ ਸਾਰਾ ਵਾਕਿਆ, ਜਿਹਦੇ 'ਤੇ ਅਸੀਂ ਗੱਲ ਕਰ ਚੁੱਕੇ ਹਾਂ, ਵੀਡੀਓ ਮਾਸ਼ਾਅੱਲਾ ਬੜੀ ਵਾਇਰਲ ਹੈ। ਖਲੋਤੇ ਨੇ ਤਾਂ ਕਿ ਕੋਈ ਗੱਡੀ ਤੇਰੇ ਲੱਤਾਂ ਦੇ ਉੱਤੋਂ ਦੀ ਨਾ ਲੰਘ ਜੇ, ਤੈਨੂੰ ਕੁਚਲ ਕੇ ਨਾ ਲੰਘ ਜੇ, ਮਿਧ ਕੇ ਨਾ ਟੁਰ ਜੇ, ਉਹਦੀ ਹਿਫਾਜ਼ਤ ਵਾਸਤੇ ਖਲੋਤੇ ਨੇ। ਇੰਨੀ ਦੇਰ ਨੂੰ ਕੀ ਹੁੰਦਾ ਕਿ ਦੋ ਡਾਕੂ, ਡਾਕੂ ਕਿੰਨੇ ਹੁੰਦੇ ਨੇ, ਦੋ ਡਾਕੂ ਇਹਨਾਂ ਦੇ ਕੋਲ ਆਉਂਦੇ ਨੇ, ਆ ਕੇ ਨਾ ਤੇ ਇਹ ਹੁਣ ਚੀਜ਼ਾਂ ਸਾਰੀਆਂ ਹਾਜੀ ਹਸਨ, ਕਿਉਂਕਿ ਇਹ ਉੱਥੇ ਚਸ਼ਮਦੀਦ ਗਵਾਹ ਐਨੀ ਸ਼ਾਹ ਜੀ ਨੂੰ ਕਹਿੰਦੇ ਨੇ, ਇਹ ਉਹਨਾਂ ਨੇ ਆਪਣੇ ਇੰਟਰਵਿਊ ਵਿੱਚ ਸਾਰੀਆਂ ਗੱਲਾਂ ਕੀਤੀਆਂ ਨੇ। ਅੱਗੇ ਸੁਣੋ ਕਿ ਅਸਲ ਗੱਲਾਂ ਅੱਗੇ ਕੀ ਹੋਈਆਂ ਨੇ। ਹਾਜੀ ਹਸਨ ਦੱਸਦੇ ਨੇ ਕਿ ਮੈਂ ਗੱਡੀ ਦੇ ਹੇਠ ਲੇਟਿਆ ਨਾ, ਟਾਇਰ ਉਹ ਖੋਲ ਰਿਹਾ ਸਨ, ਜੋ ਵੀ ਕਰਨਾ ਸੀ, ਜੈਕ ਬਲਕਿ ਜੈਕ ਲਾ ਰਹੇ ਸਨ ਜੈਕ। ਇੰਨੀ ਦੇਰ ਨੂੰ ਕੀ ਹੁੰਦਾ ਕਿ ਉਹ ਕਹਿੰਦੇ ਨੇ ਇਸ ਤਰ੍ਹਾਂ ਹੋਇਆ ਕਿ ਜਿਵੇਂ ਕੋਈ ਟਾਇਰ ਫਟਿਆ, ਕੋਈ ਧਮਾਕਾ ਹੋਇਆ। ਮੈਂ ਫੌਰੀ ਬਾਹਰ ਨਿਕਲਿਆ ਅਤੇ ਵੇਖਿਆ ਕਿ ਹਾਜੀ ਸੁਲਤਾਨ ਰਾਏ ਸਾਹਿਬ ਨੂੰ ਗੋਲੀ ਵੱਜ ਗਈ ਅਤੇ ਉਹ ਡਿੱਗੇ ਪਏ ਨੇ। ਇੰਨੀ ਦੇਰ ਨੂੰ ਮੈਂ ਕੂਣ ਲੱਗਾ ਵਾਂ ਅਤੇ ਉਹ ਦੋਨਾਂ ਡਾਕੂਆਂ ਨੇ ਮੇਰੇ ਗੰਨ ਤਾਣ ਦਿੱਤੀ, ਉਹਨੇ ਖਬਰਦਾਰ ਰੌਲਾ ਨਾ ਪਾਈ ਅਤੇ ਕੱਢਦੇ ਜੋ ਕੁਝ ਹੈ ਹੀ। ਮੈਂ ਆਖਿਆ ਮੇਰੇ ਕੋਲ ਤਾਂ ਕੋਈ ਸ਼ੈ ਨਹੀਂ, ਮੇਰੇ ਕੋਲ ਕੁਝ ਨਹੀਂ ਹੈ, ਬਿਨੇ ਸ਼ੱਕ ਤੁਸੀਂ ਤਲਾਸ਼ੀ ਲੈ ਲਓ ਮੇਰੀ। ਉਹ ਲੈਣ ਲੱਗੇ ਨੇ ਤਾਂ ਆਉਂਦੇ ਨੇ ਹਾਜੀ ਹਸਨ ਦੱਸਦੇ ਨੇ ਕਿ ਮੈਂ ਫਿਰ ਉੱਚੀ ਕੂਣ ਲੱਗਾ, ਜਿਵੇਂ ਆਉਂਦੇ ਨੇ ਕਿ ਰੌਲਾ ਪਾਉਣਾ ਤਾਂ ਕਿ ਲੋਕ ਇਕੱਠੇ ਹੋ ਜਾਣ, ਜੇ ਚਲੋ ਕੋਈ ਖਲਾਸੀ ਹੋ ਜੇ। ਉਹਨੇ ਕਿਹਾ ਖਬਰਦਾਰ ਬੋਲੀ ਨਾ, ਰੌਲਾ ਨਾ ਪਾਈ, ਨਹੀਂ ਤਾਂ ਤੈਨੂੰ ਵੀ ਗੋਲੀ ਮਾਰ ਦਿਆਂਗੇ। ਇਹ ਗੱਲਾਂ ਹੋਣ ਡਈਆਂ ਹਨ, ਠੀਕ ਹੈ ਨਾ ਜੀ। ਇੰਨੀ ਦੇਰ ਨੂੰ ਕੀ ਹੁੰਦਾ ਕਿ ਰਾਏ ਸਾਹਿਬ ਤਾਂ ਥੱਲੇ ਜਿਹੜੇ ਨੇ ਉਹ ਸਮਝੋ ਕਿ ਸ਼ਹੀਦ ਹੋ ਗਏ ਨੇ ਨਾ, ਉਹ ਤਾਂ ਦੁਨੀਆਂ ਤੋਂ ਟੁਰ ਗਏ। ਇੱਥੇ ਇਹਦੇ ਨਾਲ ਸਾਰੀਆਂ ਗੱਲਾਂ ਹੋਣ ਡਈਆਂ ਨੇ, ਉਹ ਦੋ ਡਾਕੂ 'ਤੇ ਗੱਲਾਂ ਕਰਦੇ ਨੇ, ਕਾਤਲ ਕਹਿ ਲਓ, ਡਾਕੂ ਕਹਿ ਲਓ, ਹਾਂਜੀ। ਇੰਨੀ ਦੇਰ ਨੂੰ ਇੱਕ ਕੀ ਕਰਦਾ ਕਿ ਫੌਰੀ ਸੁਲਤਾਨ ਰਾਏ ਦੀ ਗੱਡੀ ਦੇ ਵਿੱਚ ਵੜਦਾ। ਹੁਣ ਹਾਜੀ ਹਸਨ ਦੱਸਦੇ ਨੇ ਕਿ ਗੱਡੀ ਦੀ ਬੈਕ ਸਾਈਡ 'ਤੇ ਜਿਹੜੀ ਸੀਟ, ਉਹਦੇ ਜਿਹੜੇ ਪਿੱਛੇ ਜਗ੍ਹਾ ਬਣੀ ਹੁੰਦੀ ਹੈ ਨਾ ਗੱਡੀ ਦੀ, ਉੱਥੇ ਸੁਲਤਾਨ ਰਾਏ ਦਾ ਬਰੀਫਕੇਸ ਪਿਆ ਸੀ। ਉਹਨਾਂ ਨੇ ਕੀ ਕੀਤਾ ਕਿ ਫੌਰੀ ਜਿਹੜਾ ਨਾ ਉਹ ਡਾਕੂਆਂ ਨੇ ਉਹ ਬਰੀਫਕੇਸ ਫੜ ਲਿਆ, ਫੜ ਕੇ ਅਤੇ ਉਹਨਾਂ ਨੇ ਇਸ ਤਰ੍ਹਾਂ ਦੁੜਕੀ ਲਾ ਦਿੱਤੀ, ਉਹ ਸੜਕ ਤੋਂ ਥੱਲੇ ਲੈ ਗਏ ਨੇ, ਉਤਰ ਗਏ ਨੇ। ਇਹ ਗੱਲਾਂ ਸਾਰੀਆਂ ਕੀਤੀਆਂ ਨੇ ਹਾਜੀ ਹਸਨ ਨੇ, ਜਿਹੜੇ ਕਿ ਸੁਲਤਾਨ ਰਾਏ ਦੇ ਨਾਲ ਨੇ। ਇੰਟਰਵਿਊ ਦਿੰਦੇ ਆ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ, ਬੇਲੀ ਨੇ,
ਆਪਣਾ ਸਾਜਦ ਰਾਏ ਸਾਹਿਬ, ਉਹਨਾਂ ਦੇ ਚੈਨਲ ਵਾਸਤੇ ਉਹਨਾਂ ਇੰਟਰਵਿਊ ਦਿੱਤਾ, ਉਹ ਗੱਲਾਂ ਕਿਹੜੀਆਂ ਕੀਤੀਆਂ ਨੇ ਇਹ ਸੁਣ ਲਓ ਤੁਸੀਂ, ਉਹਨਾਂ ਦੇ ਮੂੰਹੋਂ ਸੁਣ ਲਓ ਹਾਂਜੀ ਕਿ ਕਿਹੜੀ ਉਹਨਾਂ ਨੇ ਗੱਲ ਕੀਤੀ। ਉਸ ਤੋਂ ਬਾਅਦ ਕੁਝ ਪੁਆਇੰਟ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਤੇ ਮੈਂ ਤੇਰੇ ਪੈਰਾਂ ਵੱਲ ਖੜੋ ਜਾਂਦਾ ਕਿਉਂਕਿ ਧੁੰਦ ਬਹੁਤ ਜ਼ਿਆਦਾ, ਤਾਂ ਕਿ ਕੋਈ ਤੇਰੇ ਉੱਤੋਂ ਗੱਡੀ ਨਾ ਲੰਘ ਜਾਏ। ਤੇ ਮੈਂ ਸਮਝਦਾ ਕਿ ਮੇਰੀ ਉਹ ਜਾਨ ਬਚਾਉਂਦਾ ਹੈ ਵਿਚਾਰਾ, ਆਪ ਦੁਨੀਆਂ ਤੋਂ ਚਲਾ ਗਿਆ ਤੇ ਉਹ ਲੋਕ ਦੱਬੇ ਪਾਇਓ ਆਏ ਨੇ, ਉਹਨਾਂ ਨੇ ਆ ਕੇ ਉਹਨਾਂ ਨੇ ਗਨ ਲਾਈ ਹੈ। ਬਹਰਹਾਲ ਫਿਰ ਇੱਕ ਧਮਾਕਾ ਜਿਹਾ ਆਵਾਜ਼ ਆਈ ਜਿਵੇਂ ਕਿ ਟਾਇਰ ਫਾੜਦਾ, ਅਤੇ ਇੰਨੇ ਏ ਸੀ ਇਸ ਨਾਚ ਰਾਈ ਸਾਹਿਬ ਥੱਲੇ ਡਿੱਗੇ ਨੇ, ਅਤੇ ਮੈਂ ਉਹਨਾਂ ਨੂੰ ਦੇਖ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਉਹ ਬੰਦਿਆਂ ਨੇ ਮੈਨੂੰ ਫੜ ਲਿਆ, ਕਹਿੰਦੇ ਨੇ ਇੱਧਰ ਆਵੇ ਜੋ ਕੁਛ ਹੈ ਬਾਈ ਕੱਢ ਦੇ। ਮੈਂ ਕਿਹਾ ਮੇਰੇ ਕੋਲ ਕੁਛ ਨਹੀਂ ਹੈਗਾ, ਮੇਰੇ ਕੋਲ ਕੀ ਹੋਣਾ, ਅਤੇ ਮੈਂ ਉੱਚੀ ਬੋਲਣ ਲੱਗਾ, ਉੱਚੀ ਨਾ ਬੋਲੀ ਨੇ ਤਾਂ ਤੈਨੂੰ ਹੀ ਮਾਰਦੇ ਹਾਂ, ਅਤੇ ਉਹ ਥੱਲੇ ਲੈ ਗਏ ਨੇ ਇਸ ਤਰ੍ਹਾਂ ਹੀ ਉਹ ਕਰਦੇ ਕਰਾਂਦੇ। ਬਹਰਹਾਲ ਮੇਰੇ ਕੋਲ ਤਾਂ ਕੀ, ਉਹਨਾਂ ਨੇ ਮੈਂ ਕਿਹਾ ਮੇਰੀ ਤਲਾਸ਼ੀ ਲੈ ਲਾ, ਮੇਰੇ ਕੋਲ ਕੁਛ ਨਹੀਂ ਹੈਗਾ, ਉੱਚੀ ਉਹ ਬੋਲਣ ਨਹੀਂ ਸੀ ਦਿੰਦੇ, ਰੌਲਾ ਪਾਉਣ ਨਹੀਂ ਦਿੰਦੇ। ਫਿਰ ਉਹ ਆਪ ਗੱਡੀ 'ਚ ਗਏ ਨੇ, ਉੱਥੋਂ ਬਰੀਫ ਕੇਸ ਰਾਈ ਸਾਹਿਬ ਦਾ ਪਿਆ ਸੀ ਪਿਛਲੀ ਸੀਟ 'ਤੇ, ਡਰਾਈਵਿੰਗ ਦੀ ਪਿਛਲੀ ਸੀਟ 'ਤੇ, ਉਹ ਉਹਨਾਂ ਨੇ ਫੜਿਆ ਅਤੇ ਫੜ ਕੇ ਫਿਰ ਉਹ ਨਿਕਲ ਗਏ ਨੇ। ਹਾਂਜੀ ਸੁਣ ਲਓ ਤੁਸੀਂ ਪੁਆਇੰਟ। ਲੇਕਿਨ ਇੱਕ ਚੀਜ਼ ਹੈ ਵੇ ਕਿ ਇਹ ਯਾਨੀ ਕਿ ਕੁਝ ਲੋਕ ਆਉਂਦੇ ਨੇ ਜੀ ਹਾਜੀ ਹਸਨ ਨੂੰ ਸਾਰਾ ਪਤਾ, ਜਿਵੇਂ ਕਿ ਹੈਦਰ ਸੁਲਤਾਨ ਹੀ ਬਲਕਿ ਕਹਿੰਦੇ ਨੇ ਰਾਈ ਸਾਹਿਬ ਦੇ ਸਾਹਿਬਜ਼ਾਦੇ ਹੀ ਕਹਿੰਦੇ ਨੇ ਕਿ ਇਹਨਾਂ ਨੂੰ ਸਾਰਾ ਪਤਾ ਹੈ, ਅਤੇ ਉਮਰ ਦੇ ਉਸ ਹਿੱਸੇ 'ਚ ਅੱਪੜ ਗਏ ਨੇ ਕਿ ਜਿੱਥੇ ਬੰਦਾ ਗਾਂ ਜਾਣ ਵਾਲਾ ਹੁੰਦਾ, ਇਹਨਾਂ ਨੂੰ ਚਾਹੀਦਾ ਕਿ ਜਾਂਦੀ ਵਾਰੀ ਕਾਤਲਾਂ ਨੂੰ ਦੱਸ ਦੇਣ। ਉਹ ਵਿਚਾਰਾ ਤਰਲੇ ਕਰਦਾ ਹੈ ਕਿ ਮੈਨੂੰ ਨਹੀਂ ਪਤਾ, ਉਹ ਲੀਲਾਂ ਲੈਂਦਾ ਕਿ ਭਾਈ ਮੈਨੂੰ ਨਹੀਂ ਪਤਾ ਕਿ ਕਿੰਨੇ ਕਤਲ ਕੀਤਾ, ਉਹ ਡਾਕੂ ਆਏ ਸਨ ਟੁਰ ਗਏ। ਦੁਨੀਆ ਕਹਿੰਦੀ ਹੈ, ਲੋਕ ਕਹਿੰਦੇ ਨੇ ਜੀ ਇਹ ਜ਼ਰਦਾਰੀ ਨੇ ਹੋਟਲ ਵਾਸਤੇ ਸਾਰਾ ਕੁਝ ਅਮਰੀਕਾ ਰਾਈ ਸਾਹਿਬ ਦਾ ਹੋਟਲ ਸੀ ਤਾਂ ਉਹ ਲੈਣ ਵਾਸਤੇ ਮਰਵਾਇਆ। ਜਦਕਿ ਪਿਛਲੇ ਦਿਨੋਂ ਇੰਟਰਵਿਊ ਦਿੰਦਿਆਂ ਹੈਦਰ ਸੁਲਤਾਨ ਆਖਿਆ ਸੀ ਕਿ ਨਹੀਂ ਉਹ ਜ਼ਰਦਾਰੀ ਨਾਲ ਸਾਡਾ ਲੈਣ ਦੇਣੀ ਕੋਈ ਨਹੀਂ, ਹਾਂਜੀ ਨਾ ਹੀ ਸਾਡਾ ਕੋਈ ਹੋਟਲ ਹੈ। ਹੁਣ ਇਹਦੇ ਵਿੱਚ ਜਿਹੜੇ ਪੁਆਇੰਟ ਵੇਖਣ ਵਾਲੇ ਨੇ ਨਾ, ਹਾਜੀ ਹਸਨ ਸਾਹਿਬ ਕਹਿੰਦੇ ਨੇ ਕਿ ਮੈਂ ਥੱਲੇ ਲੇਟਿਆ ਵਾਂ, ਜੈਕ ਲਾ ਰਿਹਾ ਵਾਂ, ਬਾਹਰ ਇਸ ਤਰ੍ਹਾਂ ਜਿਵੇਂ ਕਿ ਬਲਾਸਟ ਹੋਇਆ, ਟਾਇਰ ਫਟਿਆ। ਉਹਨਾਂ ਨੇ ਗੱਲਾਂ ਵਾਧੋ ਮੇਰੇ ਨਾਲ ਕੀਤੀਆਂ, ਰਾਈ ਨੂੰ ਮਾਰਨ ਤੋਂ ਬਾਅਦ ਗੱਲਾਂ ਮੁਕਾਲਮੇ ਸਾਰੇ ਮੇਰੇ ਨਾਲ ਹੋਏ ਨੇ, ਹਾਂਜੀ ਕਿ ਰਾਈ, ਇਹਦਾ ਮਤਲਬ ਕਿ ਰਾਈ ਨਾਲ ਉਹਨਾਂ ਗੱਲ ਕੋਈ ਨਹੀਂ ਕੀਤੀ, ਸਿੱਧੇ ਆ ਕੇ ਉਹਨੂੰ ਬਸ ਫੈਰ ਮਾਰੇ ਨੇ ਅਤੇ ਇਹਦੇ ਨਾਲ ਗੱਲਾਂ ਕਰਨ ਲੱਗ ਪਏ, ਕੱਢ ਜੋ ਕੁਝ ਹੈ ਹੀ। ਇਹ ਗੱਲਾਂ ਰਾਈ ਨਾਲ ਵੀ ਤਾਂ ਕੀਤੀਆਂ ਜਾ ਸਕਦੀਆਂ, ਉਹਨਾਂ ਕੀਤੀਆਂ ਹੋਣਗੀਆਂ ਨਾ ਕਿ ਹਾਂ ਬਈ ਦੱਸ ਲਿਆ ਜੋ ਕੁਝ ਹੈ ਜੇ ਕੋਲ। ਲੇਕਿਨ ਇਹ ਗੱਲਾਂ ਹਾਜੀ ਹਸਨ ਸਾਹਿਬ ਨੇ ਨਹੀਂ ਦੱਸੀਆਂ, ਉਹਨਾਂ ਇਹ ਦੱਸਿਆ ਪਤਾ ਨਹੀਂ ਹੋਈਆਂ ਜਾਂ ਨਹੀਂ ਹੋਈਆਂ, ਕਿਉਂਕਿ ਇੰਟਰਵਿਊ ਵਿੱਚ ਉਹਨਾਂ ਨੇ ਇਹ ਜਿਹੜੇ ਰਾਈ ਸਾਹਿਬ ਨਾਲ ਡਾਕੂਆਂ ਦੇ ਡਾਇਲੋਗ ਨੇ ਇਹਨਾਂ 'ਚ ਹੋਏ ਜਾਂ ਨਹੀਂ ਹੋਏ, ਉਹਨਾਂ ਨੇ ਇਹਨਾਂ 'ਤੇ ਰੋਸ਼ਨੀ ਨਹੀਂ ਪਾਈ, ਦੱਸਿਆ ਨਹੀਂ। ਆਪਣੇ ਬਾਰੇ ਉਹਨਾਂ ਦੱਸਿਆ ਕਿ ਮੈਨੂੰ ਉਹਨਾਂ ਨੇ ਮਾਰਨ ਤੋਂ ਬਾਅਦ ਮੈਂ ਬਾਹਰ ਨਿਕਲੇ ਆਵਾਂ ਵੇਖ ਕੇ, ਅਤੇ ਮੇਰੇ ਨਾਲ ਉਹਨਾਂ ਗੱਲ ਕੀਤੀ ਵੀ ਲਿਆ ਜੋ ਕੁਝ ਹੈ ਜੀ। ਮੈਂ ਕਿਹਾ ਤਲਾਸ਼ੀ ਲੈ ਲਓ, ਮੇਰੇ ਕੋਲ ਤਾਂ ਕੋਈ ਸ਼ਾਇ ਨਹੀਂ। ਫਿਰ ਉਹ ਹਾਈ ਸਾਹਿਬ ਦਾ ਬਰੀਕ ਕੇਸ ਲੈ ਕੇ ਅਤੇ ਭੱਜ ਜਾਂਦੇ ਨੇ। ਇਹ ਗੱਲਬਾਤ ਕੀਤੀ ਹੈ ਜੀ ਅਦਾਕਾਰ ਹਾਜੀ ਹਸਨ ਸਾਹਿਬ ਨੇ। ਹੁਣ ਇਹਦੇ ਬਾਰੇ ਸੁਣਿਓ ਤੁਹਾਡੀ ਰਾਏ ਕੀ ਹੈ, ਕਮੈਂਟ ਬਾਕਸ ਵਿੱਚ ਤੁਸੀਂ ਵੀ ਲਿਖ ਸਕਦੇ ਹੋ, ਕਮੈਂਟ ਸੈਕਸ਼ਨ ਖੁੱਲ੍ਹਾ। ਬਾਕੀ ਇਹਦੇ ਬਾਰੇ ਸਮਝ ਨਹੀਂ ਆਉਣ ਡਈ, ਕੋਈ 30 ਸਾਲ ਹੋਣ ਵਾਲੇ ਨੇ ਲਗਭਗ, ਅਜੇ ਤੱਕ ਰਾਈ ਸਾਹਿਬ ਦੇ ਕਾਤਲਾਂ ਦਾ ਪਤਾ ਹੀ ਨਹੀਂ ਲੱਗਿਆ, ਸੂਹ ਹੀ ਨਹੀਂ ਲੱਗੀ। ਬਸ ਇਹ ਅਲਮੀਆ ਇੱਕ ਅਤੇ ਦੁਆ ਕਰ, ਬਲਕਿ ਇਹਨਾਂ ਰਾਈ ਸਾਹਿਬ ਦੇ ਵੀ ਨਹੀਂ ਲੱਭੇ, ਇਸ ਤੋਂ ਪਹਿਲੇ ਨਾਦਰਾ ਕਤਲ ਹੋਈ, ਕਈ ਹੋਰ ਡਾਇਰੈਕਟਰ ਕਤਲ ਹੋਏ, ਐਕਟਰ ਕਤਲ ਹੋਏ, ਕੋਈ ਖਬਰ ਨਹੀਂ ਲੱਗਦੀ ਹੁੰਦੀ। ਪਤਾ ਨਹੀਂ ਰੱਬ ਹੀ ਜਾਣੇ ਕਦੋਂ ਇਸ ਮੁਲਕ ਵਿੱਚ ਕੋਈ ਆਦਲ ਹੁਕਮਰਾਨ ਆਏਗਾ ਅਤੇ ਇਹਨਾਂ ਲੋਕਾਂ ਨੂੰ ਟੰਗੇਗਾ ਜਿਹੜੇ ਕਿ ਇਸ ਤਰ੍ਹਾਂ ਕਰ ਜਾਂਦੇ। ਬਾਕੀ ਦੁਆ ਇਹ ਕਿ ਅਲਹਾਜ ਸੁਲਤਾਨ ਰਾਜ ਸਾਹਿਬ ਦੇ ਅੱਲਾਹ ਪਾਕ ਅਗਲੇ ਜਹਾਨ ਚੰਗੇ ਕਰੇ, ਹਾਂਜੀ ਅੱਲਾਹ ਪਾਕ ਉਹਨਾਂ ਦੇ ਆਪਣੀਆਂ ਕਰਮ ਨਵਾਜ਼ੀਆਂ ਕਰਕੇ ਉਹਨਾਂ ਨੂੰ ਜਨਤਾ 'ਚ ਸੋਹਣਾ ਕਰ ਦੇ।
ਜਿਉਂਦੇ ਰਹੋ ਸੋਹਣੇ ਹੋ। ਕੋਈ ਇਸ ਤਰ੍ਹਾਂ ਦੀ ਹੋਰ ਗੱਲਬਾਤ ਲੈ ਕੇ ਤੁਹਾਡੀ ਸੇਵਾ 'ਚ ਆਉਂਦੇ ਹਾਂ ਜੀ। ਅੱਲਾਹ ਤੁਹਾਨੂੰ ਸਲਾਮਤ ਰੱਖੇ, ਰੱਬ ਰੱਖੇ। ਤੈਨੂੰ ਕਾਲੀ ਕਬਲੀ ਵਾਲੇ ਦਾ ਵਾਸਤੇ ਮੇਰੀਆਂ ਖਤਾਵਾਂ ਬਖਸ਼ਦੇ।